ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਤੁਹਾਨੂੰ ਪਤਾ ਹੀ ਹੈ, ਸਾਉਣ ਦਾ ਮਹੀਨਾ ਵੀ ਚੱਲ ਰਿਹਾ ਹੈ ਅਤੇ ਰੱਖੜੀ ਜਾਂ ਰਕਸ਼ਾ ਬੰਧਨ ਦੇ ਵਿੱਚ ਵੀ ਥੋੜ੍ਹੇ ਦਿਨ ਹੀ ਰਹਿ ਗਏ ਨੇ। ਇਸ ਦੇ ਲਈ ਅੱਜ ਆਪਾਂ ਮਿਠਾਈ ਬਣਾਵਾਂਗੇ। ਮਿਠਾਈ ਦੇ ਵਿੱਚ ਅੱਜ ਆਪਾਂ ਪੇੜੇ ਬਣਾਵਾਂਗੇ। ਇਹ ਪੇੜੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ। ਚਲੋ ਜੀ ਆਪਾਂ ਵੇਖ ਲੈਂਦੇ ਹਾਂ ਪੇੜੇ ਕਿਵੇਂ ਬਣਦੇ ਨੇ। ਇੱਥੇ ਆਪਾਂ ਇੱਕ ਕੌਲੀ ਲਈ ਹੈ ਅਤੇ ਇੱਕ ਕੱਪ ਲਿਆ ਹੈ। ਇਹ ਕੱਪ ਅਤੇ ਕੌਲੀ ਦੇ ਵਿੱਚ ਇੱਕੋ ਜਿੰਨੀ ਚੀਜ਼ ਹੀ ਪਏਗੀ। ਜਿੰਨੀ ਚੀਜ਼ ਕੱਪ ਦੇ ਵਿੱਚ ਪਏਗੀ ਉਨੀ ਹੀ ਇਹ ਕੌਲੀ ਦੇ ਵਿੱਚ ਪਏਗੀ। ਇਹਨਾਂ ਦੋਵਾਂ ਦੀ ਮੇਜਰਮੈਂਟ ਸੇਮ ਹੈ। ਪੇੜੇ ਬਣਾਉਣ ਦੇ ਲਈ ਆਪਾਂ ਇੱਥੇ ਇੱਕ ਕੱਪ ਦੁੱਧ ਲਿਆ ਹੈ। ਪੇੜੇ ਬਣਾਵਾਂਗੇ, ਉਸ ਦੇ ਲਈ ਆਪਾਂ ਪੈਨ ਦੇ ਵਿੱਚ ਘਿਓ ਪਾਵਾਂਗੇ। ਇਸ ਦੇ ਵਿੱਚ ਆਪਾਂ 2 ਚਮਚ ਘਿਓ ਪਾਵਾਂਗੇ। ਘਿਓ ਆਪਾਂ ਦੇਸੀ ਹੀ ਪਾਵਾਂਗੇ। ਘਿਓ ਨੂੰ ਆਪਾਂ ਗੈਸ ਚਲਾ ਕੇ ਪਿਘਲਾ ਲਵਾਂਗੇ। ਘਿਓ ਨੂੰ ਪਿਘਲਾ ਕੇ ਆਪਾਂ ਗੈਸ ਬੰਦ ਕਰ ਦੇਵਾਂਗੇ। ਫਿਰ ਬੰਦ ਗੈਸ 'ਤੇ ਆਪਾਂ ਇਸ ਦੇ ਵਿੱਚ ਦੁੱਧ ਪਾਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ। ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਘਿਓ ਦੇ ਵਿੱਚ। ਹੁਣ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਪਾਵਾਂਗੇ। ਇੱਕ ਕੌਲੀ ਹੋਰ ਮਿਲਕ ਪਾਊਡਰ ਪਾਵਾਂਗੇ। ਆਪਾਂ ਇੱਥੇ 2 ਕੌਲੀਆਂ ਮਿਲਕ ਪਾਊਡਰ ਪਾਇਆ ਹੈ। ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਲਗਾਤਾਰ ਆਪਾਂ ਇਸ ਨੂੰ ਹਿਲਾਉਂਦੇ ਹੋਏ ਮਿਕਸ ਕਰ ਲਵਾਂਗੇ ਤਾਂ ਕਿ ਇਸਦੇ ਵਿੱਚ ਕੰਡਾ ਨਾ ਪੈ ਜਾਣ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੀ ਆਪਾਂ ਗੈਸ ਨੂੰ ਚਲਾਵਾਂਗੇ। ਜੇਕਰ ਮਿਲਕ ਪਾਊਡਰ ਨੂੰ ਇਕੱਠਾ ਨਾ ਪਾਉਣਾ ਹੋਵੇ ਤਾਂ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਵੀ ਇਸ ਨੂੰ ਮਿਕਸ ਕਰਦੇ ਹੋਏ ਪਾ ਸਕਦੇ ਹਾਂ ਅਤੇ ਨਾਲ ਨਾਲ ਮਿਕਸ ਵੀ ਕਰ ਸਕਦੇ ਹਾਂ। ਜੇਕਰ ਆਪਾਂ ਮਿਲਕ ਪਾਊਡਰ ਨੂੰ ਇਸ ਤਰੀਕੇ ਦੇ ਨਾਲ ਪਾਵਾਂਗੇ ਫਿਰ ਵੀ ਲੰਬਸ ਨਹੀਂ ਪੈਣਗੀਆਂ। ਆਪਾਂ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਹੋਏ ਵੀ ਮਿਕਸ ਕਰ ਸਕਦੇ ਹਾਂ ਮਿਲਕ ਪਾਊਡਰ ਨੂੰ। ਲਗਾਤਾਰ ਆਪਾਂ ਇਸ ਨੂੰ ਬੰਦ ਗੈਸ 'ਤੇ ਹਿਲਾਉਂਦੇ ਰਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸਦੇ ਵਿੱਚ ਗੰਢਾ ਨਾ ਪੈ ਜਾਣ। ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ, ਹੁਣ ਆਪਾਂ ਗੈਸ ਨੂੰ ਚਲਾ ਦੇਵਾਂਗੇ। ਇਸ ਨੂੰ ਇਸ ਤਰੀਕੇ ਦੇ ਨਾਲ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ। ਇਹ ਰੈਸਪੀ ਆਪਾਂ ਇਸ ਕਰਕੇ ਪਹਿਲਾਂ ਅਪਲੋਡ ਕੀਤੀ ਹੈ ਕਿਉਂਕਿ ਹੁਣ ਰੱਖੜੀ ਦਾ ਤਿਉਹਾਰ ਆ ਰਿਹਾ ਹੈ, ਆਪਾਂ ਮਿਠਾਈ ਤਾਂ ਬਣਾਉਣੀ ਹੀ ਹੁੰਦੀ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ। ਕਿਉਂਕਿ ਜੋ ਬਾਜ਼ਾਰ ਦੇ ਵਿੱਚੋਂ ਆਪਾਂ ਮਿਠਾਈ ਲੈ ਕੇ ਆਉਂਦੇ ਹਾਂ ਉਸ ਦੇ ਵਿੱਚ ਕੈਮੀਕਲ ਵਗੈਰਾ ਪਾਏ ਹੁੰਦੇ ਨੇ,
ਅਤੇ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਹੀ ਬਹੁਤ ਵਧੀਆ ਅਤੇ ਸੌਖੇ ਤਰੀਕੇ ਦੇ ਨਾਲ ਮਿਠਾਈ ਬਣਾ ਸਕਦੇ ਹਾਂ, ਘਰ ਦੀਆਂ ਚੀਜ਼ਾਂ ਨਾਲ ਬਣਾ ਸਕਦੇ ਹਾਂ। ਹੁਣ ਆਪਾਂ ਇਸ ਦੇ ਵਿੱਚ ਕੁੱਟੀ ਹੋਈ ਇਲਾਇਚੀ ਪਾਵਾਂਗੇ। ਇਲਾਇਚੀ ਪਾਊਡਰ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਲਗਾਤਾਰ ਹਿਲਾਉਂਦੇ ਰਵਾਂਗੇ। ਇਹ ਜੋ ਸਾਉਣ ਮਹੀਨੇ ਦੇ ਦਿਨ ਚੱਲ ਰਹੇ ਨੇ, ਇਸ ਦੇ ਵਿੱਚ ਆਪਾਂ ਕੁਛ ਮਿੱਠਾ ਤਾਂ ਬਣਾਉਂਦੇ ਹੀ ਹਾਂ, ਤਾਂ ਆਪਾਂ ਇਸ ਤਰੀਕੇ ਨਾਲ ਪੇੜੇ ਬਣਾ ਸਕਦੇ ਹਾਂ। ਇਹ ਪੇੜੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਅਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਕੜਾਹੀ ਦੀਆਂ ਸਾਈਡਾਂ ਤੋਂ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਗਾੜਾ ਹੋ ਕੇ ਕੜਾਹੀ ਦੀਆਂ ਸਾਈਡਾਂ 'ਤੇ ਨਾ ਚਿਪਕੇ। ਇਹ ਪੇੜੇ ਬਣਾਉਣ ਦੇ ਲਈ ਆਪਾਂ ਨੌਨ ਸਟਿਕ ਪੈਨ ਵੀ ਲੈ ਸਕਦੇ ਹਾਂ। ਇਹ ਵਾਲੀ ਜੋ ਮੇਰੇ ਕੋਲ ਕੜਾਹੀ ਹੈ, ਇਸ ਦੇ ਨਾਲ ਚੀਜ਼ ਜ਼ਿਆਦਾ ਚਿਪਕਦੀ ਹੈ। ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਲਗਾਤਾਰ ਮੱਠੇ ਸੇਕ 'ਤੇ ਹਿਲਾਉਂਦੇ ਹੋਏ ਪਕਾ ਲਵਾਂਗੇ। ਇਹ ਪੇੜੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਅਤੇ ਬਹੁਤ ਹੀ ਘੱਟ ਸਮੇਂ 'ਤੇ ਬਹੁਤ ਹੀ ਘੱਟ ਚੀਜ਼ਾਂ ਦੇ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ। ਜਦੋਂ ਆਪਾਂ ਘਰ ਦੇ ਵਿੱਚ ਹੀ ਇੰਨੀ ਵਧੀਆ ਮਿਠਾਈ ਬਣਾ ਸਕਦੇ ਹਾਂ ਤਾਂ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਹਿੰਗੀ ਮਿਠਾਈ ਲੈ ਕੇ ਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਪਏਗੀ। ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਹ ਮਿਠਾਈ ਨੂੰ ਬਣਾ ਕੇ ਖਾ ਸਕਦੇ ਹਾਂ। ਇਸ ਨੂੰ ਬਣਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਟੇਸਟੀ ਮਿਠਾਈ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਮਿਠਾਈ ਬਹੁਤ ਹੀ ਘੱਟ ਸਮਾਨ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਮਿਠਾਈ ਨੂੰ ਆਪਾਂ ਰੱਖੜੀ ਦੇ ਤਿਉਹਾਰ ਲਈ ਵੀ ਬਣਾ ਸਕਦੇ ਹਾਂ, ਸਾਉਣ ਮਹੀਨੇ ਦੇ ਵਿੱਚ ਵੈਸੇ ਵੀ ਬਣਾ ਸਕਦੇ ਹਾਂ। ਕਈ ਵਾਰ ਆਪਣੇ ਘਰ ਦੇ ਵਿੱਚ ਪਾਰਟੀ ਵਗੈਰਾ ਹੁੰਦੀ ਹੈ ਤਾਂ ਆਪਾਂ ਉਸ ਸਮੇਂ ਵੀ ਬਣਾ ਸਕਦੇ ਹਾਂ। ਲੋ ਫਲੇਮ 'ਤੇ ਆਪਾਂ ਇਸ ਨੂੰ ਲਗਾਤਾਰ ਗਾੜਾ ਹੋਣ ਤੱਕ ਪਕਾ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇਸ ਦੇ ਲਈ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਹਿੰਗਾ ਖੋਆ ਲੈ ਕੇ ਆਉਣ ਦੀ ਵੀ ਜ਼ਰੂਰਤ ਨਹੀਂ ਹੈ। ਮਿਠਾਈ ਬਹੁਤ ਟੇਸਟੀ ਵੀ ਬਣੇਗੀ ਅਤੇ ਹੈਲਦੀ ਵੀ ਹੈ। ਇਹ ਪਹਿਲਾਂ ਨਾਲੋਂ ਗਾੜਾ ਹੋ ਚੁੱਕਿਆ ਹੈ। ਆਪਾਂ ਇਸੇ ਤਰੀਕੇ ਨਾਲ ਹੀ ਇਸ ਨੂੰ ਹਿਲਾਉਂਦੇ ਹਿਲਾਉਂਦੇ ਗਾੜਾ ਹੋਣ ਤੱਕ ਪਕਾ ਲਵਾਂਗੇ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਬੇਸਣ ਦੇ ਲੱਡੂ ਬਣਾਉਣ ਦੀ ਰੈਸਪੀ ਅਤੇ ਕਈ ਮਿਠਾਈਆਂ ਬਣਾਉਣ ਦੀ ਰੈਸਪੀ ਅਤੇ ਕਈ ਹੋਰ ਰੈਸਪੀ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ
ਆਪਾਂ ਇਸ ਦੇ ਵਿੱਚ ਇਲਾਇਚੀ ਨੂੰ ਕੱਟ ਕੇ ਪਾਇਆ ਹੈ। ਆਪਾਂ ਇਸ ਦੀ ਜਗ੍ਹਾ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ। ਆਪਾਂ ਇਸ ਨੂੰ ਸਖਤ ਜਾਂ ਗਾੜਾ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ। ਇਹ ਮਿਠਾਈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਰੈਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਮਿਠਾਈ ਬਣਾ ਕੇ ਦੇਖਿਓ ਜੀ। ਮਿਠਾਈ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣੇਗੀ ਅਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਣ ਕੇ ਤਿਆਰ ਹੋ ਜਾਏਗੀ। ਇਹ ਮਿਠਾਈ ਬਹੁਤ ਹੀ ਜ਼ਿਆਦਾ ਨਰਮ ਬਣ ਕੇ ਤਿਆਰ ਹੋ ਜਾਏਗੀ। ਇਹ ਮਿਠਾਈ ਨੂੰ ਬਣਾਉਣ ਦੇ ਲਈ ਕੋਈ ਆਪਾਂ ਨੂੰ ਚਾਸ਼ਨੀ ਵਗੈਰਾ ਤਿਆਰ ਕਰਨ ਦੀ ਜ਼ਰੂਰਤ ਵੀ ਨਹੀਂ ਹੈ, ਬਸ ਮਿਲਕ ਪਾਊਡਰ ਦੀ ਅਤੇ ਮਿਲਕ ਦੀ ਹੀ ਜ਼ਰੂਰਤ ਹੈ। ਇਸੇ ਤਰ੍ਹਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਅਤੇ ਬਹੁਤ ਹੀ ਵਧੀਆ ਮਿਠਾਈ ਬਣ ਕੇ ਤਿਆਰ ਹੋ ਜਾਏਗੀ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਰੈਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਪੇੜੇ ਬਣਾ ਕੇ ਦੇਖਿਓ ਜੀ। ਇਹ ਮਿਠਾਈ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਆਪਾਂ ਇਸੇ ਤਰੀਕੇ ਨਾਲ ਹੀ ਇਸ ਨੂੰ ਪਕਾ ਲਵਾਂਗੇ। ਦੁੱਧ ਪਹਿਲਾਂ ਨਾਲੋਂ ਕਾਫ਼ੀ ਗਾੜਾ ਹੋ ਚੁੱਕਿਆ ਹੈ। ਇਹ ਮਿਠਾਈ ਬਿਲਕੁਲ ਉਸ ਤਰੀਕੇ ਦੀ ਬਣੇਗੀ ਜਿਸ ਤਰੀਕੇ ਦੀ ਮਿਠਾਈ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹਾਂ। ਜੇਕਰ ਤੁਸੀਂ ਇੱਕ ਵਾਰ ਇਹ ਮਿਠਾਈ ਨੂੰ ਬਣਾ ਕੇ ਖਾ ਲਉਂਗੇ ਤਾਂ ਤੁਸੀਂ ਹਰ ਵਾਰ ਇਸ ਤਰੀਕੇ ਦੇ ਨਾਲ ਤਾਂ ਇਹੀ ਮਿਠਾਈ ਬਣਾਉਂਗੇ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਬਣਾਉਣ ਦੇ ਵਿੱਚ ਆਸਾਨ ਵੀ ਹੈ, ਟੇਸਟੀ ਵੀ ਬਣਦੀ ਹੈ। ਜਦੋਂ ਆਪਾਂ ਖੋਏ ਦੀਆਂ ਪਿੰਨੀਆਂ ਬਣਾਉਂਦੇ ਹਾਂ ਤਾਂ ਉਸਨੂੰ ਬਣਾਉਣ 'ਤੇ ਕਾਫ਼ੀ ਟਾਈਮ ਲੱਗ ਜਾਂਦਾ ਹੈ। ਇਹ ਮਿਠਾਈ ਨੂੰ ਆਪਾਂ ਝਟਪਟ ਬਣਾ ਕੇ ਤਿਆਰ ਕਰ ਲਵਾਂਗੇ ਅਤੇ ਕੋਈ ਦੱਸ ਹੀ ਨਹੀਂ ਸਕੇਗਾ ਕਿ ਇਹ ਮਿਠਾਈ ਦੇ ਵਿੱਚ ਆਪਾਂ ਖੋਆ ਨਹੀਂ ਪਾਇਆ। ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਹੁਣ ਇਹ ਗਾੜਾ ਹੋ ਕੇ ਤਿਆਰ ਹੈ। ਆਪਾਂ ਇਸ ਨੂੰ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ। ਇਸ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ।
ਇਹ ਸਭ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ। ਹੁਣ ਆਪਾਂ ਇਸ ਨੂੰ ਬਾਊਲ ਦੇ ਵਿੱਚ ਕੱਢ ਲਵਾਂਗੇ। ਠੰਡਾ ਹੋਣ 'ਤੇ ਹੀ ਆਪਾਂ ਇਸ ਦੇ ਵਿੱਚ ਚੀਨੀ ਵਗੈਰਾ ਐਡ ਕਰਾਂਗੇ। ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਮਿਠਾਈ ਬਣ ਕੇ ਤਿਆਰ ਹੋ ਜਾਏਗੀ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ। ਠੰਡਾ ਹੋਣ 'ਤੇ ਹੀ ਆਪਾਂ ਇਸ ਦੇ ਵਿੱਚ ਚੀਨੀ ਪਾਵਾਂਗੇ। ਇੱਥੇ ਆਪਾਂ ਇਹ ਵਾਲਾ ਇੱਕ ਚਮਚ ਲਿਆ ਹੈ, ਇਸ ਚਮਚ ਦੇ ਨਾਲ ਆਪਾਂ 2 ਚਮਚ ਚੀਨੀ ਪਾਵਾਂਗੇ। ਮਿੱਠਾ ਆਪਣੇ ਹਿਸਾਬ ਨਾਲ ਪਾਵਾਂਗੇ, ਆਪਾਂ ਜਿੰਨਾ ਕੁ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਹੀ ਪਾਵਾਂਗੇ। ਬਾਕੀ ਆਪਾਂ ਕੁਆਂਟਿਟੀ ਦੇ ਹਿਸਾਬ ਨਾਲ ਇਸ ਦੇ ਵਿੱਚ ਚੀਨੀ ਐਡ ਕਰਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਬਾਜ਼ਾਰ ਦੇ ਵਿੱਚੋਂ ਜਦੋਂ ਆਪਾਂ ਮਿਠਾਈ ਲੈ ਕੇ ਆਉਂਦੇ ਹਾਂ ਤਾਂ ਉਹ ਕਾਫੀ ਮਹਿੰਗੀ ਵੀ ਮਿਲਦੀ ਹੈ ਅਤੇ ਥੋੜ੍ਹੀ ਵੀ ਮਿਲਦੀ ਹੈ। ਇਸ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਜ਼ਿਆਦਾ ਮਿਠਾਈ ਵੀ ਬਣਾ ਸਕਦੇ ਹਾਂ। ਕਈ ਵਾਰ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਮਿਠਾਈ ਲੈ ਕੇ ਆਉਂਦੇ ਹਾਂ ਤਾਂ ਉਸਦੇ ਵਿੱਚ ਆਪਾਂ ਨੂੰ ਚੀਨੀ ਜਾਂ ਮਿੱਠਾ ਜ਼ਿਆਦਾ ਲੱਗਦਾ ਹੈ ਤਾਂ ਆਪਾਂ ਘਰ ਦੇ ਵਿੱਚ ਇਹ ਬਣਾ ਲਵਾਂਗੇ ਤਾਂ ਆਪਾਂ ਮਰਜ਼ੀ ਅਨੁਸਾਰ ਇਸ ਦੇ ਵਿੱਚ ਚੀਨੀ ਐਡ ਕਰ ਸਕਦੇ ਹਾਂ। ਘਰ ਦੇ ਵਿੱਚ ਸਾਰੇ ਕਈ ਵਾਰ ਮਿੱਠਾ ਨਹੀਂ ਖਾ ਸਕਦੇ, ਸ਼ੂਗਰ ਵਗੈਰਾ ਹੁੰਦਾ ਹੈ, ਤਾਂ ਆਪਾਂ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਇਹ ਮਿਠਾਈ ਬਣਾਵਾਂਗੇ ਤਾਂ ਆਪਾਂ ਇਸ ਨੂੰ ਫਿੱਕਾ ਵੀ ਬਣਾ ਸਕਦੇ ਹਾਂ, ਥੋੜ੍ਹਾ ਘੱਟ ਮਿੱਠਾ ਪਾ ਕੇ ਵੀ ਬਣਾ ਸਕਦੇ ਹਾਂ ਅਤੇ ਜ਼ਿਆਦਾ ਮਿੱਠਾ ਪਾ ਕੇ ਵੀ ਬਣਾ ਸਕਦੇ ਹਾਂ ਜਿਸਨੇ ਜ਼ਿਆਦਾ ਮਿੱਠਾ ਪਾ ਕੇ ਖਾਣਾ ਹੋਏਗਾ। ਇਸ ਤਰੀਕੇ ਦੇ ਨਾਲ ਆਪਾਂ ਚੀਨੀ ਨੂੰ ਵੱਧ ਜਾਂ ਘੱਟ ਆਪਣੇ ਹਿਸਾਬ ਨਾਲ ਪਾ ਸਕਦੇ ਹਾਂ, ਇਹ ਆਪਣੀ ਮਰਜ਼ੀ ਹੈ। ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਦੇ ਵਿੱਚ। ਹੁਣ ਇਹ ਮਿਕਸ ਹੋ ਕੇ ਤਿਆਰ ਹੈ। ਹੁਣ ਆਪਾਂ ਪੇੜੇ ਬਣਾਵਾਂਗੇ। ਹੱਥਾਂ ਨੂੰ ਥੋੜ੍ਹਾ ਜਿਹਾ ਘਿਓ ਲਗਾ ਲਵਾਂਗੇ, ਦੇਸੀ ਜਾਂ ਕੋਈ ਵੀ ਘਿਓ ਲਗਾ ਲਵਾਂਗੇ ਹੱਥਾਂ ਨੂੰ। ਇਸ ਵਿੱਚੋਂ ਆਪਾਂ ਥੋੜ੍ਹਾ ਜਿਹਾ ਹਿੱਸਾ ਲੈ ਲਵਾਂਗੇ। ਇਸ ਤਰੀਕੇ ਦੇ ਨਾਲ ਆਪਾਂ ਇਸ 'ਤੇ ਪੇੜੇ ਬਣਾ ਲਵਾਂਗੇ। ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਮਿਠਾਈ ਬਣ ਕੇ ਤਿਆਰ ਹੋ ਜਾਂਦੀ ਹੈ। ਜਦੋਂ ਵੀ ਆਪਣਾ ਮਿੱਠਾ ਖਾਣ ਦਾ ਮਨ ਕਰੇ ਤਾਂ ਆਪਾਂ ਇਹ ਮਿਠਾਈ ਬਣਾ ਕੇ ਖਾ ਸਕਦੇ ਹਾਂ। ਇਸ ਤਰੀਕੇ ਦੇ ਨਾਲ ਪੇੜਾ ਬਣਾ ਲਵਾਂਗੇ ਅਤੇ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਰੱਖ ਲਵਾਂਗੇ, ਬਦਾਮ ਰੱਖਾਂਗੇ ਆਪਾਂ ਇਸ ਦੇ ਵਿੱਚ। ਇਸ ਤਰੀਕੇ ਦੇ ਨਾਲ ਬਣਾ ਕੇ ਆਪਾਂ ਇਸ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਅਤੇ ਇਸੇ ਤਰ੍ਹਾਂ ਆਪਾਂ ਸਾਰੇ ਪੇੜੇ ਬਣਾ ਲਵਾਂਗੇ। ਇਹ ਮਿਠਾਈ ਦੇਖਣ ਦੇ ਵਿੱਚ ਵੀ ਬਾਜ਼ਾਰ ਵਾਲੀ ਮਿਠਾਈ ਦੇ ਨਾਲੋਂ ਘੱਟ ਨਹੀਂ ਲੱਗੇਗੀ ਅਤੇ ਟੇਸਟੀ ਤਾਂ ਹੋਏਗੀ ਹੀ। ਇਸੇ ਤਰ੍ਹਾਂ ਆਪਾਂ ਸਾਰੀ ਮਿਠਾਈ ਨੂੰ ਬਣਾ ਲਵਾਂਗੇ।
ਬਹੁਤ ਹੀ ਘੱਟ ਸਮਾਨ ਦੇ ਨਾਲ ਆਪਾਂ ਇਹ ਮਿਠਾਈ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਰੈਸਪੀ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਰੈਸਪੀ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਡਰਾਈ ਫਰੂਟ ਲਗਾ ਕੇ ਆਪਾਂ ਮਿਠਾਈ ਨੂੰ ਰੱਖ ਦੇਵਾਂਗੇ ਅਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੀ ਮਿਠਾਈ ਨੂੰ ਬਣਾ ਲਵਾਂਗੇ। ਜੇਕਰ ਆਪਾਂ ਹੱਥਾਂ ਨੂੰ ਘਿਓ ਲਗਾਉਂਦੇ ਰਹਾਂਗੇ ਤਾਂ ਪੇੜੇ ਹੱਥਾਂ ਨੂੰ ਲੱਗਣਗੇ ਨਹੀਂ। ਸਾਰੇ ਪੇੜਿਆਂ ਉੱਪਰ ਡਰਾਈ ਫਰੂਟ ਲਗਾ ਲਵਾਂਗੇ। ਜੇਕਰ ਆਪਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਇਹ ਮਿਠਾਈ ਨੂੰ ਬਣਾ ਕੇ ਖਾ ਲਵਾਂਗੇ ਤਾਂ ਆਪਾਂ ਹਰ ਵਾਰ ਇਸੇ ਤਰੀਕੇ ਨਾਲ ਹੀ ਅਤੇ ਇਹੀ ਮਿਠਾਈ ਨੂੰ ਬਣਾਵਾਂਗੇ ਕਿਉਂਕਿ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ। ਜਦੋਂ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਇਹ ਮਿਠਾਈ ਬਣਾ ਕੇ ਖਵਾ ਸਕਦੇ ਹਾਂ। ਹੋਰ ਮਿਠਾਈਆਂ ਘਰ ਦੇ ਵਿੱਚ ਬਣਾਉਣੀਆਂ ਥੋੜ੍ਹੀਆਂ ਔਖੀਆਂ ਨੇ, ਮਿਠਾਈ ਜਲਦੀ ਬਣ ਜਾਂਦੀ ਹੈ ਅਤੇ ਸੌਖੀ ਵੀ ਹੈ ਬਣਾਉਣੀ। ਇਹ ਮਿਠਾਈ ਨੂੰ ਬਣਾਉਣ ਦੇ ਲਈ ਕੋਈ ਆਪਾਂ ਨੂੰ ਅਲੱਗ ਤੋਂ ਚਾਸ਼ਨੀ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ। ਆਪਾਂ ਇਸ ਦੇ ਵਿੱਚ ਕੋਈ ਵੀ ਫੂਡ ਕਲਰ ਵਗੈਰਾ ਨਹੀਂ ਪਾਇਆ। ਇਸੇ ਤਰ੍ਹਾਂ ਆਪਾਂ ਸਾਰੀ ਮਿਠਾਈ ਨੂੰ ਬਣਾ ਕੇ ਤਿਆਰ ਕਰ ਲਵਾਂਗੇ। ਇਹ ਬਹੁਤ ਹੀ ਈਜ਼ੀ ਰੈਸਪੀ ਹੈ। ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਹ ਮਿਠਾਈ ਨੂੰ ਬਣਾ ਕੇ ਖਾ ਸਕਦੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ। ਹੁਣ ਮੈਂ ਬਾਕੀ ਪੇੜਿਆਂ ਨੂੰ ਵੀ ਇਸੇ ਤਰ੍ਹਾਂ ਬਣਾ ਲਵਾਂਗੀ। ਹੁਣ ਆਪਾਂ ਸਾਰੀ ਮਿਠਾਈ ਨੂੰ ਬਣਾ ਕੇ ਤਿਆਰ ਕਰ ਲਿਆ ਹੈ। ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਰੈਸਪੀ ਚੰਗੀ ਲੱਗੀ ਤਾਂ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਮਿਠਾਈ ਬਣਾ ਕੇ ਦੇਖਿਓ ਜੀ। ਮਿਠਾਈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।